ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਸ਼੍ਰੀ ਅਨੰਦਪੁਰ ਸਾਹਿਬ ਦਾ ਧੋਖਾ, ਸਰਸਾ ਦਾ ਕਹਿਰ, ਗੰਗੂ ਦਾ ਲਾਲਚ ਅਤੇ ਸ਼੍ਰੀ ਚਮਕੌਰ ਸਾਹਿਬ ਦੇ ਘਮਾਸਾਨ ਯੁੱਧ ਤੋਂ ਬਾਅਦ ਮੁਗਲਾਂ ਦੇ ਸਖ਼ਤ ਪੈਰੇ ਨੂੰ ਤੋੜਦੇ ਹੋਏ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਾਛੀਵਾੜੇ ਤੋਂ ਸੈਲੋਨੀ ਪਿੰਡ ਤੋਂ ਹੁੰਦੇ ਹੋਏ ਜੱਟਪੁਰੇ ਵਿੱਚੋਂ ਲੰਘ ਰਹੇ ਸਨ ਕਿ ਰਸਤੇ ਵਿੱਚ ਉਹਨਾਂ ਨੂੰ ਰਾਏਕੋਟ ਵਾਲਾ ਚੌਧਰੀ ਰਾਏਕਲਾ ਮਿਲਿਆ। ਉਹ ਕਹਿੰਦੇ ਨੇ, ਸੱਚੇ ਪਾਤਸ਼ਾਹ ਜੀਓ, ਮੈਂ ਤਾਂ ਤੁਹਾਡੇ ਪਾਲਕੀ ਸਾਹਿਬ ਵਿੱਚ ਦਰਸ਼ਨ ਕਰਕੇ ਧੰਨ ਹੋ ਗਿਆ ਹਾਂ। ਗੁਰੂ ਸਾਹਿਬ ਜੀ, ਜੇ ਕੋਈ ਸੇਵਾ ਹੈ ਤਾਂ ਇਸ ਗਰੀਬ ਨੂੰ ਹੁਕਮ ਕਰੋ। ਗੁਰੂ ਸਾਹਿਬ ਜੀ ਨੇ ਕਿਹਾ, ਕਿਸੇ ਭਰੋਸੇ ਵਾਲੇ ਸਮਝਦਾਰ ਗੁਰਸਿੱਖ ਪਿਆਰੇ ਨੂੰ ਸਰਹੰਦ ਭੇਜੋ। ਅਸੀਂ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੇ ਹਾਲ ਬਾਰੇ ਜਾਣਨਾ ਚਾਹੁੰਦੇ ਹਾਂ। ਸਰਹੰਦ ਵੱਲੋਂ ਆ ਰਹੀਆਂ ਹਵਾਵਾਂ ਵਿੱਚ ਬੇਚੈਨੀ ਹੈ। ਅੱਗੋਂ ਰਾਏਕਲਾ ਜੀ ਕਹਿੰਦੇ ਹਨ, ਸੱਚੇ ਪਾਤਸ਼ਾਹ ਜੀਓ, ਮੇਰੇ ਨੌਕਰ ਨੂਰਾ ਮਾਹੀ ਦੀ ਭੈਣ ਦਾ ਨਿਕਾਹ ਸਰਹੰਦ ਵਿੱਚ ਹੋਇਆ, ਆਪਾਂ ਇਸ ਨੂੰ ਹੁਣੇ ਭੇਜ ਦਿੰਦੇ ਹਾਂ, ਨਾਲੇ ਕਿਸੇ ਨੂੰ ਸ਼ੱਕ ਵੀ ਨਹੀਂ ਹੋਏਗਾ। ਰਾਏਕਲਾ ਜੀ ਨੇ ਆਪਣੇ ਨੌਕਰ ਨੂੰ ਉਸਦੀ ਭੈਣ ਰਜ਼ੀਆ ਕੋਲ ਸਰਹੰਦ ਭੇਜਿਆ। ਭੈਣ ਬੀਬੀ ਰਜ਼ੀਆ ਉਹ ਸਨ ਜਿਨ੍ਹਾਂ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਦੇ ਅਤੇ ਜ਼ਲਾਦਾਂ ਵੱਲੋਂ ਸ਼ਹੀਦ ਹੁੰਦੇ ਆਪਣੇ ਅੱਖੀ ਵੇਖਿਆ ਸੀ। ਉਹ ਘਟਨਾ ਨੂੰ ਵੇਖ ਕੇ ਉਹ ਬਹੁਤ ਸਦਮੇ ਵਿੱਚ ਸਨ। ਤਾਂ ਉਹਨਾਂ ਦੇ ਪਤੀ ਨੇ ਨੂਰਾ ਨੂੰ ਦੱਸਿਆ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਦੀਵਾਰ ਵਿੱਚ ਚਿਣਿਆ ਗਿਆ ਸੀ, ਰਜ਼ੀਆ ਉੱਥੇ ਹੀ ਖੜੀ ਸੀ ਅਤੇ ਅੱਜ ਤੱਕ ਰਜ਼ੀਆ ਉਸ ਸਦਮੇ 'ਚੋਂ ਬਾਹਰ ਨਹੀਂ ਆ ਪਾਈ। ਤਾਂ ਨੂਰਾ ਗੁਰੂ ਸਾਹਿਬ ਜੀ ਨੂੰ ਆ ਕੇ ਸਾਰੀ ਘਟਨਾ ਬਾਰੇ ਦੱਸਦਾ ਹੈ ਕਿ ਕਿਸ ਤਰ੍ਹਾਂ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣ ਦਿੱਤਾ ਅਤੇ ਜਲਾਦਾਂ ਵੱਲੋਂ ਸ਼ਹੀਦ ਕੀਤਾ ਗਿਆ ਅਤੇ ਮਾਤਾ ਜੀ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ ਅਤੇ ਦੀਵਾਨ ਟੋਡਰਮੱਲ ਜੀ ਵੱਲੋਂ ਮਾਤਾ ਜੀ ਅਤੇ ਬੱਚਿਆਂ ਦਾ ਸੰਸਕਾਰ ਕੀਤਾ ਗਿਆ। ਤਾਂ ਗੁਰੂ ਸਾਹਿਬ ਜੀ ਨੇ ਧਰਤੀ ਤੋਂ ਇੱਕ ਬੂਟਾ ਪੱਟ ਕੇ ਕਿਹਾ, ਮੁਗਲੀਆ ਸਲਤਨਤ ਦੀ ਜੜ ਪੱਟੀ ਗਈ ਹੈ, ਹੁਣ ਇਸ ਦੇ ਦਿਨ ਉਂਗਲਾਂ 'ਤੇ ਗਿਣੇ ਜਾ ਸਕਦੇ ਨੇ। ਸੰਗਤ ਜੀ, ਅੱਗੇ ਦੇ ਇਤਿਹਾਸ ਬਾਰੇ ਅਸੀਂ ਅਗਲੀ ਵੀਡੀਓ 'ਚ ਜਾਣਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।